ਲੱਗੇ ਮਹਿਸ਼ਰ। ਅੱਛਾ ਬੁਰਾ ਕੁਛ ਬੋਲਾ, ਮਾਫ ਕੀਜੀਏਗਾ। ਤੂੰ ਰਹਿ ਗਏ ਪੁੱਤਰ, ਗੱਲ ਪਤਾ ਕੀ ਹੈ? ਪਹਿਲੇ ਅੰਨੀ ਗਿਆ, ਤੂੰ ਮੰਨਣ ਨਹੀਂ ਹਜਿਆ। ਹੁਣ ਜਦੋਂ ਅਗਲੇ ਕੋਲ ਗੋਲੀ ਵੱਜਦੀ ਉਦੋਂ ਮੈਨੂੰ ਲੇਲਾ ਬਣਾਉਣ ਡਿਆ। ਪੁੱਤਰ ਜਵਾਈ ਹੈ, ਮਾਰ ਵੀ ਲਏਗਾ ਤੇ ਅਸੀਂ ਕੀ ਕਹਿਣਾ? ਜਿੱਥੇ ਧੀਆਂ ਦਿੱਤੀਆਂ ਹੁਣ ਉੱਥੇ ਬੰਦਾ ਬੋਲਦਾ ਹੀ ਨਹੀਂ ਬੋਲਦਾ। ਤੂੰ ਜਵਾਈ ਹੈ ਮੇਰਾ, ਵਾ ਛੱਡ ਦੇ। ਕੀ ਲੋੜ ਸੀ ਗਿਫਟ ਐਡਾ ਕੁੱਟਣ ਦੀ? ਅੱਲਾ ਤੇਰੀ ਜ਼ਿੰਦਗੀ ਕਰੇ, ਜਿਹਨੂੰ ਹਾਰ ਪਏ ਹੋਣੇ ਨੇ। ਕਿੱਡਾ ਸੋਹਣਾ ਰੂਪ ਚੜ੍ਹਨਾ ਤੈਨੂੰ ਐਵੇਂ ਦੋ ਕੁ ਘੰਟੇ ਦੀ ਰਹਿੰਦੇ, ਮਿਲਣੀ ਚਾਹੀਦੀ ਇਹੋ ਜ਼ਿੰਦਗੀ। ਨਾ ਯਾਰ, ਚਾਚਾ ਜੀ ਤੁਸੀਂ ਕੋਈ ਹੋਰ ਇੰਤਜ਼ਾਮ ਕਰੋ, ਜਵਾਈ ਵਹਾਓ ਮਰਵਾਓ ਹੋਰ ਤੇ ਧੀ ਮੈਨੂੰ ਦਿਓ। ਭਾਈ ਸਾਹਿਬ ਬਿਲਕੁਲ ਠੀਕ ਆਇਆ, ਠੀਕ ਹੈ ਇਹਦੀ ਵਾਰੀ ਜੀ ਆਇਆ। ਨਹੀਂ 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 ਨਹੀਂ, ਮੈਂ ਜਵਾਈ ਦਾ ਬੰਦੋਬਸਤ ਕੀਤਾ, ਤੁਸੀਂ ਪਰੇਸ਼ਾਨ ਨਾ ਹੋਵੋ। ਉਹ ਜੀ ਉਹ ਮਾਮਾ ਕੀ ਮੈਨੂੰ ਲੱਗਦਾ ਹੈ ਗਾਲਾ ਲੋ ਜੀ, ਛੇਤੀ ਛੇਤੀ ਮੇਰਾ ਭਰਾ ਕਰ ਦਿਓ। ਟਾਈਮ ਕੋਈ ਨਹੀਂ, ਇੱਥੇ ਮੈਨੂੰ ਤੇ ਮਿੰਟ ਲਾਉਣਾ ਚਾਰ ਉੱਥੇ ਆ ਕਰਦੇ, ਕੁੜੀ ਕਰਦੇ 2 ਮਿੰਟ ਲੱਗਣੇ ਆ। ਕੀ ਇਹ ਜੋ ਤੇਰੀਆਂ ਹਰਕਤਾਂ ਨੇ ਨਾ, 2 ਮਿੰਟ ਹੀ ਲੱਗਣੇ ਨੇ। ਤੁਸੀਂ ਸਾਰੀਆਂ ਗੱਲਾਂ ਛੱਡੋ, ਸਬਰ 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 ਸਬਰ, ਤੁਹਾਡੀ ਬੱਚੀ ਨੂੰ ਵਿਆਹ ਦੀ ਹਾਜਤ ਹੋਈ ਹੈ ਨਾ। ਮੈਨੂੰ ਸਮਝ ਨਹੀਂ ਤੁਹਾਡੀ ਗੱਲ ਦੀ ਆਉਂਦੀ। ਅੱਛਾ ਮੈਨੂੰ ਦੱਸੋ, ਤੁਹਾਡੀ ਤੁਹਾਡੀ ਸ਼ਾਦੀ ਹੋਣ ਲੱਗੀ ਤੇ ਤੁਹਾਡੀ ਬਰਾਤ ਕਿੱਥੇ ਪਹੁੰਚਾਣੀ ਹੈ? ਕਿੱਥੇ ਪਹੁੰਚਾਣੀ? ਮੈਂ ਆਪ ਲੈ ਕੇ ਆਣੀ ਤੇ ਲੈ ਕੇ ਜਾਣੀ। ਮੇਰਾ ਕਹਿਣ ਦਾ ਮਤਲਬ ਇਹ ਕਿ ਦੂਰੋਂ ਰਿਸ਼ਤੇਦਾਰ ਤੇ ਨਹੀਂ ਨਾ ਆਉਣੇ, ਉਹ ਪਹਿਲੇ ਬੁਲਾ ਲਈਏ, ਕਿਉਂਕਿ ਐਲਾਨ ਹੋਣਾ ਕਿ ਇਤਨੇ ਵਜੇ ਬਰਾਤ ਉਠਾਈ ਜਾਏਗੀ। ਬੈਠੋ, ਮੈਨੂੰ ਤੁਹਾਡੀ ਗੱਲ ਦੀ ਇੱਥੇ ਮੈਨੂੰ ਨਹੀਂ ਲੱਗਦਾ ਰਿਸ਼ਤਾ ਹੋਵੇ। ਉਹ ਤੁਹਾਨੂੰ ਇੱਜ਼ਤ ਕਰਨੀ ਨਹੀਂ ਆਉਂਦੀ ਜੁਆਈ ਭਾਈ ਦੀ? ਜੋ ਤੇਰੀਆਂ ਹਰਕਤਾਂ ਨੇ ਨਾ ਬੇਟਾ, ਆਖਰਤ ਤੇ ਤੰਗ ਹੋਣਾ ਤੂੰ, ਕਿਉਂਕਿ 10 ਮਿੰਟ ਬਾਅਦ ਆਖਰਤ ਹੈ। ਉਹ ਕੰਮ ਕਰਨਾ ਚਾਹੀਦਾ ਜਿਹਦਾ ਅੱਗੇ ਹਿਸਾਬ ਦਾ ਕੇ ਤੇ ਈਜ਼ੀ ਦੇ। ਹਾਂ ਉਹ ਤੇ ਈਜ਼ੀ ਕੀ ਹੋਣਾ, ਵਿਆਹ ਜਦੋਂ ਹੋਣਾ ਤੇ ਵੈਣ
ਵਾਸਤੇ ਭੈਣਾਂ ਹੈਗੀਆਂ। ਤੁਸੀਂ ਭੈਣ ਮੂਣ ਵਾਲੀਆਂ ਗੱਲਾਂ ਛੱਡੋ ਭਾਜੀ, ਭੈਣਾਂ ਹੈਗੀਆਂ ਉਹਨਾਂ ਨੂੰ ਤੇ ਬੁਲਾ ਨਾ। ਬੱਚਿਆ ਇਹ ਸੈਟਿੰਗ ਤੇਰੀ ਬੁੱਢੀ ਨੇ ਕਰਕੇ ਭੇਜੀ, ਸ਼ਵਲ ਦਾ ਬੱਚਾ ਨਾ ਹੋਵੇ ਤੇ ਮਾਸ਼ਾਅੱਲਾ। ਹੈਲੋ ਜੀ, ਦੇਖੋ ਗੱਲ ਸੁਣੋ, ਹਮੇਸ਼ਾ ਹਸਪਤਾਲ ਜਾਓ ਤੇ ਖੂਨ ਦੀ ਬੋਤਲ ਦਿਓ, ਬਿਲਕੁਲ। ਉਸ ਤੋਂ ਬਾਅਦ ਤੁਹਾਨੂੰ ਕੇਲਾ ਸੇਬ ਦਿੰਦੇ ਨੇ ਤੇ ਮੈਂ ਤੇ ਤੁਹਾਡਾ ਕਿੰਨਾ ਨਿਕਲਦਾ ਵੇਖਣਾ। ਖਾਓ ਸਵੇਰੇ ਇਹਨਾਂ ਦੇ ਟੋਟੇ ਕਰ ਲਾ। ਭਾਜੀ ਖੂਨ ਤਾਂ ਮੈਂ ਦਿੱਤਾ ਨਹੀਂ, ਉਹ ਬਾਅਦ ਚ ਦੇਣਾ ਤੂੰ, ਅਸੀਂ ਪਹਿਲੇ ਖਵਾ ਰਹੇ। ਅੱਛਾ ਅੱਛਾ, ਮੁਬਾਰਕ ਜੀ।
ਔਰ ਰਮੇ ਵੀ ਮੁਬਾਰਕ। ਹਾਂ ਸਭ, ਹਾਂ ਸਭ, ਹੋਇਆ ਕੀ ਏ? ਅੰਗੂਠੀ ਤੁਮਨੇ ਪਹਿਨੇ? ਅੰਗੂਠੀ ਨਹੀਂ। ਕੁੱਤੀ ਨਸਲ ਦਾ ਇਹ ਤੇਰੀ ਸਰ। ਖਾਨ ਸਾਹਿਬ ਕਿਆ ਹੁਆ? ਇਹਨਾਂ ਨੇ ਬਾਬੇ ਦਾ ਜਵਾਈ ਮਾਰਨਾ। ਅੱਲਾ ਖੈਰ, ਬਸ ਇੱਥੇ ਈਦ ਮੁਬਾਰਕ ਲਿਖ ਕੇ ਗੁਬਾਰੇ ਲਾ ਦਿਓ ਸਾਰੇ ਜੇ। ਪਰੇਸ਼ਾਨ ਕਿਉਂ ਹੋ ਰਿਹਾ? ਭੈਣਾਂ ਨਾਲ ਕੌਣ ਵਿਆਹ ਕਰਦਾ? ਤੁਮ ਦਮਾਦ ਬਣੋ, ਤੁਹਾਰਾ ਗਈ ਗਈ ਗਏ ਪੇ ਕੈਸਾ ਮਜ਼ਾ ਆਏਗਾ। ਤੁਸੀਂ ਕਿਸ਼ਤਾਂ ਦੇ ਸਮਾਨ ਦਿੰਦੇ ਹੋ, ਆ ਤੇ ਆਪਣਾ ਕਤਲ ਦੇ 10 ਕਿੰਨੇ ਪੈਸੇ ਬਣੇ ਤੇ ਉਹਦੀ ਕਿਸ਼ਤ ਬਣਾ ਕੇ ਐਡਵਾਂਸ ਲੈ ਲੈ ਤੂੰ। ਚੱਲ ਇਹ ਪਠਾਣਾ ਚੋਂ ਕੇਕ ਹੈਗਾ ਜੀ। ਅੰਗੂਠੀ ਫੜਵਾਓ ਤੇ ਮਰਵਾਓ ਵੀ ਨਹੀਂ। ਉਹ
ਮੈਂ ਛੱਤ ਦਾ ਕੰਮ ਕਰਾਇਆ ਨਹੀਂ ਹੋਇਆ ਅੱਲੀ ਦੇ ਬੱਚਾ ਪਰਸੋਂ ਰਾਤ ਨੂੰ ਇਹੀ ਵਿਗ ਪਾ ਕੇ ਮੋਟਰਸਾਈਕਲ ਤੇ ਜਾ ਰਿਹਾ ਉਹ ਤੇਜ਼ ਹਵਾ ਚਲੀ ਇਹਦੀ ਵਿਗ ਘੁੰਮ ਕੇ ਪਿਛਲੇ ਪਾਸੇ ਚਲੀ ਗਈ ਉਹ ਜਿਹੜਾ ਅੱਗੇ ਬੰਦਾ ਆ ਰਿਹਾ ਉਹ ਕਹਿੰਦਾ ਮੋਟਰਸਾਈਕਲ ਜਾ ਰਿਹਾ ਬੰਦਾ ਆ ਰਿਹਾ ਸਾਰਾ ਚੀਰ ਪਿੱਛੇ ਨੂੰ ਚੱਲ ਗਿਆ ਹਾਂਜੀ ਆ ਚਲਾਉਣਾ ਇਹੀ ਚੱਲੇਗਾ ਫਿਰ ਮਿਹਨਤ ਕਿਸੇ ਹੋਰ ਦੀ ਹੋਈਆਂ ਜੇ ਯਾਰ ਅੱਬਾ ਜੀ ਨੇ ਅੰਗੂਠੀ ਪਾਓ ਅੰਗੂਠੀ ਪਾ ਪੁੱਤਰ ਜਲਦੀ ਕਰ ਕੁੜੀ ਹੈ